ਤੜਕਸਾਰ 4 ਵਜੇ ਮਰੀਜ਼ ਬਣ ਕੇ ਆਏ ਲੁਟੇਰੇ, ਪਹਿਲਾਂ ਵਜਾਈ ਕਰਦੀ ਘੰਟੀ, ਕਹਿੰਦੇ ਡਾਕਟਰ ਸਾਹਿਬ ਬੰਦਾ ਮਰਨ ਵਾਲਾ ਏ, ਬਚਾ ਲਓ ਇਸ ਨੂੰ, ਇਲਾਜ ਕਰ ਦਿਓ ਇਸ ਨੂੰ। ਤਾਂ ਦੱਸ ਦਈਏ ਜਿਵੇਂ ਹੀ ਡਾਕਟਰ ਨੇ ਗੇਟ ਖੋਲ੍ਹਿਆ ਤਾਂ ਮੂਹਰੇ ਦੇਖੋ ਫਿਰ ਕੀ ਹੋਇਆ। ਦਰਅਸਲ ਗਲੀ ਦੇ ਵਿੱਚ ਲੱਗੇ CCTV ਕੈਮਰੇ ਜਿਨ੍ਹਾਂ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋਈ ਹੈ। ਸਮਾਂ ਸਵੇਰ ਦਾ 4 ਵਜੇ, 4 ਲੁਟੇਰੇ ਮੂੰਹ ਸਿਰ ਢੱਕਿਆ ਹੋਇਆ ਅਤੇ ਹੱਥਾਂ 'ਚ ਹਥਿਆਰ, ਘਰ ਦੇ ਬਾਹਰ ਆਉਂਦੇ ਨੇ, ਘੰਟੀ ਵਜਾਉਂਦੇ ਨੇ। ਕਲੀਨਿਕ ਦੇ ਬਾਹਰ ਆ ਕੇ ਜਦ ਘੰਟੀ ਵਜਾਈ ਗਈ, ਡਾਕਟਰ ਸਾਹਿਬ ਉੱਠਦੇ ਨੇ। ਡਾਕਟਰ ਦੇ ਵੱਲੋਂ ਗੇਟ ਦੇ ਉੱਧਰਲੇ ਪਾਸਿਓਂ ਪੁੱਛਿਆ ਜਾਂਦਾ ਕਿ ਭਾਈ ਕੌਣ, ਅਤੇ ਅੱਗਿਓਂ ਕਿਹਾ ਗਿਆ ਕਿ ਬੰਦਾ ਮਰਨ ਵਾਲਾ ਹੈ, ਡਾਕਟਰ ਸਾਹਿਬ ਬਚਾ ਲਓ। ਡਾਕਟਰ ਨੇ ਆਪਣਾ ਫਰਜ਼ ਸਮਝਦੇ ਹੋਏ ਨਾ ਨੀਂਦ ਦੇਖੀ ਅਤੇ ਨਾ ਹੀ ਇਹ ਸੋਚਿਆ ਕਿ ਉਸਦੇ ਨਾਲ ਕੋਈ ਇਹ ਭਾਣਾ ਵਾਪਰ ਸਕਦਾ ਹੈ। ਉਸ ਨੇ ਬਿਨਾਂ ਸੋਚੇ ਸਮਝੇ ਗੇਟ ਖੋਲ੍ਹ ਦਿੱਤਾ, ਜਿਸ ਤੋਂ ਬਾਅਦ ਇਹ 4 ਲੁਟੇਰੇ ਉਸ ਡਾਕਟਰ 'ਤੇ ਟੁੱਟ ਕੇ ਪੈ ਗਏ ਅਤੇ ਬਾਅਦ ਦੇ ਵਿੱਚ ਗੱਡੀਆਂ ਦੇ ਵਿੱਚ ਅਤੇ ਪੈਦਲ ਭੱਜਦੇ ਹੋਏ ਵੀ ਗਲੀ ਦੇ ਵਿੱਚ ਦਿਖਾਈ ਦਿੱਤੇ ਨੇ। ਲੁਟੇਰੇ ਦਾ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਗਾ ਦੇ ਅਜੀਤਵਾਲ ਦੀਆਂ, ਜਿੱਥੇ ਤੜਕਸਾਰ 4 ਵਜੇ ਡਾਕਟਰ ਦੇ ਘਰ ਦੇ ਵਿੱਚ ਵੜ ਕੇ ਮਰੀਜ਼ ਬਣ ਕੇ ਆਏ 4 ਲੁਟੇਰੇ ਪੂਰਾ ਘਰ ਲੁੱਟ ਕੇ ਰਹਿ ਗਏ ਨੇ। ਦੱਸ ਦਈਏ ਕਿ ਡਾਕਟਰ ਦੀ ਵਾਈਫ ਜੋ ਕਿ ਸੋ ਰਹੀ ਸੀ, ਉਸਦੇ ਸੁੱਤੀ ਪਈ ਦੇ ਗਹਿਣੇ, ਚੂੜੀਆਂ, ਸੋਨੇ ਦੀਆਂ ਉਤਾਰ ਕੇ ਲੈ ਗਏ ਨੇ। ਆਓ ਹੋਰ ਕੀ ਕੁਝ ਲੈ ਗਏ ਨੇ ਘਰ ਦੇ ਵਿੱਚੋਂ ਜਾਣਦੇ। ਅੱਜ ਸਵੇਰੇ 4 ਵਜੇ ਕੋਈ ਪੇਸ਼ੈਂਟ ਬਣ ਕੇ ਬੈਲ ਕੀਤੀ, ਡਾਕਟਰ ਸਾਹਿਬ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਹ ਸੋਟੀ ਮਾਰਨ ਲੱਗ ਗਏ, ਉਹਨਾਂ ਨੂੰ ਸਿਰ 'ਤੇ ਸੋਟੀਆਂ ਮਾਰਨ ਲੱਗ ਗਏ, ਉਹਨਾਂ ਨੂੰ ਬੈੱਡ 'ਤੇ ਸਿੱਟ ਕੇ ਕੁੱਟਣ ਲੱਗ ਗਏ 4 ਜਣੇ। ਬੱਚੇ ਉਹਨਾਂ ਦੇ ਕੋਲ ਗਏ, ਫਿਰ ਮੈਨੂੰ ਨਹੀਂ ਪਤਾ ਲੱਗਾ, ਮੈਂ ਸੁੱਤੀ ਹੋਈ ਸੀ, ਪਰ ਇੱਕ ਬੰਦਾ ਵਿੱਚੋਂ ਆ ਕੇ ਮੇਰੇ ਕੋਲ ਆ ਕੇ ਸੋਨੇ ਦੀ ਚੇਨ, ਚੂੜੀਆਂ, ਟੋਪਸ ਉਤਾਰ ਕੇ ਗਨ ਦਿਖਾ ਕੇ ਲੈ ਗਿਆ। ਟੋਟਲ 4 ਜਣੇ ਸੀ, 3 ਉੱਧਰ ਸੀਗੇ ਅਤੇ 1 ਮੇਰੇ ਕੋਲ ਆਇਆ ਸੀ। ਸੋਟੀ ਸੀ 1, ਗਨ ਸੀ, ਔਰ ਰੋਡ ਸੀ। ਮੇਰੇ ਕੋਲ ਸੋਨੇ ਦੀ ਚੇਨ, ਟੋਪਸ ਅਤੇ 2 ਚੂੜੀਆਂ। ਨਹੀਂ, ਹੱਥੋਂ ਪਾਈ ਨਹੀਂ ਹੋਈ, ਮੈਨੂੰ ਧੱਕਾ ਮਾਰ ਕੇ ਥੱਲੇ ਡੇਗ ਤਾ ਉਹਨਾਂ। ਮੈਂ ਸੁੱਤੀ ਸੀ ਪਰ ਚੀਕ ਮਾਰੀ ਸੀ, ਜਦੋਂ ਬਾਹਰ ਚੀਕ ਮਾਰੀ ਤਾਂ ਮੈਂ ਉੱਠ ਗਈ ਸੀ, ਮੈਂ ਕਿਹਾ ਕੌਣ ਹੈ। ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੇ ਟੋਪਸ ਖੋਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਫਿਰ ਗਿਰ ਗਈ। ਜਦੋਂ ਗਿਰ ਗਈ ਤਾਂ ਉਹਨਾਂ ਨੇ ਕਿ ਮੈਨੂੰ ਗੰਨ ਦਿਖਾਤੀ, ਜੋ ਕੁਛ ਹੈ ਸਾਰਾ ਕੁਛ ਦੇ ਦਿਓ। ਐਜ਼ ਏ ਪੇਸ਼ੈਂਟ, ਹਾਂ ਵੀ ਡਾਕਟਰ ਸਾਹਿਬ ਨੂੰ ਪੇਸ਼ੈਂਟ, ਐਜ਼ ਏ ਪੇਸ਼ੈਂਟ ਬਣ ਕੇ ਆਏ ਸੀ। ਰਾਤ ਨੂੰ ਐਮਰਜੈਂਸੀ ਆਉਂਦੀ ਹੈ, ਮੈਂ ਦੇਖਦਾ ਜੀ, ਕੋਈ ਵੀ ਜ਼ਿਆਦਾ ਤਕਲੀਫ ਹੋਵੇ ਗੇਟ ਖੋਲ੍ਹ ਲਈਦਾ ਜੀ। ਅੱਜ ਵੀ ਸੁਬਹਾ 4 ਵਜੇ ਗੇਟ ਨੌਕ ਹੋਇਆ ਅਤੇ ਬੈੱਲ ਵੱਜੀ, ਮੈਂ ਗੇਟ ਖੋਲ੍ਹਿਆ ਜੀ, ਉਹ 4 ਬੰਦੇ ਮੂੰਹ ਬੰਨੇ ਹੋਏ ਸੀਗੇ ਜੀ, ਉਹਨੇ 2 ਪੱਗ ਵਾਲੇ, 2 ਮੋਨੇ ਸੀਗੇ, ਅਤੇ ਇੱਕ ਗੋਰਾ ਜਿਹਾ ਮੁੰਡਾ ਸੀ, ਇੱਕ ਪੱਗ ਪੱਕੇ ਰੰਗ ਦਾ ਸੀਗਾ ਜੀ। ਅਤੇ ਮੈਂ ਜੋ ਦੇਖਿਆ ਚਿੱਟੇ ਪਰ ਰੁਮਾਲ ਨਾਲ ਮੂੰਹ ਬੰਨਿਆ, ਅਤੇ ਮੈਂ ਫੋਰਸਲੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਦਰਵਾਜ਼ਾ, ਤਾਂ ਕਿ ਬੰਦੇ ਗਲਤ ਲੱਗਦੇ, ਪਰ ਉਹਨਾਂ ਨੇ ਫੋਰਸਲੀ ਦਰਵਾਜ਼ਾ ਖੋਲ੍ਹ ਕੇ ਮੈਨੂੰ ਬੈੱਡ 'ਤੇ ਸੁੱਟ ਲਿਆ ਅਤੇ ਮੇਰੇ ਸਿਰ ਲੋਹੇ ਦੀਆਂ ਰਾੜਾਂ ਮਾਰੀਆਂ। ਉਸ ਤੋਂ ਬਾਅਦ ਉਹ ਮੈਨੂੰ ਖਿੱਚ ਕੇ ਅੰਦਰ ਲੈ ਗਏ, ਮੇਰੀ ਵਾਈਫ ਨੂੰ ਗੋਲਡ ਖੋਇਆ, ਨਾਲੇ ਗਲੇ 'ਚ ਵੀ, ਹੱਥ 'ਚ ਵੀ ਚੈਨੀ ਜੋ ਵੀ ਹੈ ਨਾ, ਕੰਨ 'ਚ ਜੋ ਪਾਇਆ ਸੀ ਲਾ ਲਿਆ, ਔਰ ਮੇਰੇ ਬੇਟਾ ਰੌਲਾ ਪਾਉਣ ਲੱਗਾ, ਇਹਨਾਂ ਦੇ ਮੂੰਹ 'ਤੇ ਮਾਰੀਆਂ ਸੱਟਾਂ। ਮੇਰੀ ਬੇਟੀ ਨੂੰ ਵੀ ਚੈਨੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਭੱਜ ਕੇ ਅੰਦਰ ਦਰਵਾਜ਼ਾ ਬੰਦ ਕਰ ਲਿਆ, ਬੇਟਾ ਹੋ ਗਿਆ। ਫਿਰ ਉਸ ਤੋਂ ਬਾਅਦ ਸਾਰੇ ਉੱਠ ਖੜੇ, ਰੌਲਾ ਰੁਲਾ ਪਾਇਆ, ਫਿਰ ਭੱਜ ਗਏ। ਉਹਨਾਂ 'ਚ ਇੱਕ ਪਰਸਨ ਬਾਅਦ 'ਚ ਰਹਿ ਗਿਆ ਸੀ, ਜਿਹੜਾ ਕਿ ਸਾਡੇ ਦੂਜੇ ਦਰਵਾਜ਼ੇ ਵਿੱਚ ਹੀ ਆਪਦੇ ਆਪ ਨਿਕਲ ਗਿਆ।
ਪਹਿਚਾਣ ਚਾਹ ਰਹੇ ਜੀ ਕੌਣ ਸੀ? ਨਹੀਂ ਅਜੇ ਅਜੇ ਕੋਈ ਪਹਿਚਾਣ ਸਾਨੂੰ ਨਹੀਂ ਆਉਂਦੀ। ਪਹਿਲਾਂ ਵੀ ਆਇਆ ਸੀ? ਨਹੀਂ ਅੱਜ ਤੋਂ ਪਰਸੋਂ ਇੱਕ ਦਿਨ ਪਹਿਲਾਂ ਆਏ ਸੀ ਦੋ ਆਦਮੀ, ਉਹ ਸੇਮ ਹੀ ਸੀਗੇ ਜਿਹੜੇ ਮੈਨੂੰ ਫਰੰਟ 'ਤੇ ਪਹਿਲਾਂ ਪਏ ਆ। 4 ਵਜੇ ਆ ਕੇ ਦਵਾਈ ਲੈ ਕੇ ਚਲੇ ਗਏ ਸੀਗੇ ਜੀ। ਅੱਜ ਵੀ ਦਵਾਈ ਲੈਣ ਦੇ ਨਾਲ ਹੀ ਆਏ ਸੀ ਅਤੇ ਇੱਕਦਮ ਹੀ ਉਹਨਾਂ ਨੇ ਮੇਰੇ 'ਤੇ ਰਿਐਕਟ ਕਰਕੇ ਮੇਰੇ ਸੱਟਾਂ ਮਾਰੀਆਂ, ਨਾਲੇ ਪਰਿਵਾਰ ਦੇ ਖੋਹ ਖਿੱਚ ਕੀਤੀ, ਉਹਨਾਂ ਨੇ ਨੁਕਸਾਨ ਕੀਤਾ ਜੀ। ਕਿੰਨਾ ਨੁਕਸਾਨ ਹੈਗਾ? 3-3 ਤੋੜੇ ਦਾ ਨੁਕਸਾਨ ਹੈ ਜੀ। ਹਥਿਆਰ ਕਿਹੜੇ ਕਿਹੜੇ ਸੀ? ਇੱਕ ਕੋਲ ਰਿਵਾਲਵਰ ਸੀਗਾ, ਇੱਕ ਕੋਲ ਲੋਹੇ ਦੀ ਰਾੜ।